ਆਪੇ ਕਿਆਂ ਦੇ ਚਰਨਾਂ ਵਿੱਚ ਬਸਦੀ ਗੰਗਤ ਮੇਰੀ ਏ ਬਾਬੇ ਕਿਆਂ ਦੇ ਚਰਨਾਂ ਵਿੱਚ ਬਸਦੀ ਗੰਗਤ ਮੇਰੀ ਏ। ਨਮਸਕਾਰ ਜੈ ਹੋ ਸਿੱਧ ਪੀਠ ਸ਼੍ਰੀ ਬਾਬਾ ਕਿਆਲੂ ਜੀ ਮਹਾਰਾਜ। ਮੁਝੇ ਅਨੁਭਵ ਹੋ ਰਿਹਾ ਹੈ ਕਿ ਮੇਰੀ ਤਰ੍ਹਾਂ ਆਪ ਵੀ ਬਾਬਾ ਜੀ ਕੇ ਪਵਿੱਤਰ ਦੰਗਲ ਕੋ ਬਹੁਤ ਜ਼ਿਆਦਾ ਯਾਦ ਕਰ ਰਹੇ ਹੋ। ਮੈਂ ਸੁਬਹਾ ਸੇ ਦੇਖ ਰਹਾ ਹੂੰ ਫੇਸਬੁੱਕ ਪੇ ਲੋਗੋਂ ਕੀ ਅਲੱਗ ਅਲੱਗ ਪ੍ਰਤੀਕਿਰਿਆ ਆ ਰਹੀ ਹੈ। ਸਭ ਲੋਕੋਂ ਕਾ ਮਨ ਥੋੜ੍ਹਾ ਉਦਾਸ ਹੈ ਕਿ ਇਸ ਵਾਰ ਜੋ ਬਾਬਾ ਕਿਆਲੂ ਜੀ ਕਾ ਪਵਿੱਤਰ ਦੰਗਲ ਹੈ ਵੋ ਨਹੀਂ ਹੋ ਰਿਹਾ ਹੈ। ਸੋ ਮੈਂ ਸਮਝਤਾ ਹੂੰ ਕਿ ਇਸਮੇ ਵੀ ਬਾਬਾ ਕਿਆਲੂ ਜੀ ਕੀ ਮਰਜ਼ੀ ਹੈ ਤਵੀ ਯੇ ਦੰਗਲ ਨਹੀਂ ਹੋ ਰਹਾ। ਨਹੀਂ ਤੋ ਅਗਰ ਉਨਕੀ ਮਰਜ਼ੀ ਹੋਤੀ ਤੋ ਗੰਗਤ ਮੇ ਤੋ ਜ਼ਰੂਰ ਯੇ ਦੰਗਲ ਹੋਤਾ, ਕਿਉਂਕਿ ਗੰਗਤ ਮੇ ਬਾਬਾ ਜੀ ਕੀ ਮਰਜ਼ੀ ਕੇ ਬਿਨਾਂ ਪੱਤਾ ਵੀ ਨਹੀਂ ਹਿਲ ਸਕਤਾ। ਬਾਬਾ ਜੀ ਕੀ ਪਵਿੱਤਰ ਭੂਮੀ ਹੈ, ਵੋ ਕੋਈ ਵੀ ਸੰਕਟ ਗੰਗਤ ਕੋ ਛੂ ਨਹੀਂ ਸਕਤਾ। ਸੋ ਬਾਬਾ ਜੀ ਚਾਹਤੇ ਹੈ ਕਿ ਹਮ ਲੋਕ ਘਰੋਂ ਮੇ ਰਹੇ, ਸੰਯਮ ਰੱਖੇ ਔਰ ਅਗਲੇ ਸਾਲ ਫਿਰ ਸੇ ਭਵਯ ਤਰੀਕੇ ਸੇ ਇਸ ਦੰਗਲ ਕਾ ਆਯੋਜਨ ਕੀਆ ਜਾਏਗਾ। ਸੋ ਮੈਂ ਅਰਦਾਸ ਕਰੂੰਗਾ ਬਾਬਾ ਜੀ ਸੇ ਕਿ ਜਲਦ ਸੇ ਜਲਦ ਜੇ ਕੋਰੋਨਾ ਮਹਾਮਾਰੀ ਖਤਮ ਹੋ। ਸੋ ਆਈਏ ਮਿਲ ਕੇ ਅਰਦਾਸ ਕਰੇ ਬਾਬਾ ਕਿਆਲੂ ਜੀ ਕੇ ਚਰਨੋਂ ਮੇ। ਕਰੋ ਕਿਰਪਾ ਆਪਣੇ ਬੱਚਿਆਂ ਤੇ ਦੇਵੋ ਸਨਮੁਖਿਆਂ ਕੇ ਦੀਦਾਰ ਸਾਨੂੰ। ਕਰੋ ਕਿਰਪਾ ਆਪਣੇ ਬੱਚਿਆਂ ਤੇ ਦੇਵੋ ਸਨਮੁਖਿਆਂ ਮੇਲਾ ਵੀ ਕਰਾਉਣਾ ਏ। ਆਓ ਕਿਆਲੂ ਜੀ ਕੇ ਤੁਹਾਡਾ ਮੇਲਾ ਵੀ ਕਰਾਉਣਾ ਏ। ਉਹ ਮੰਦਿਰ ਸਜਾ ਕੇ ਤੁਹਾਡਾ ਝੰਡਾ ਵੀ ਚੜਾਉਣਾ ਏ। ਮੰਦਿਰ ਸਜਾ ਕੇ ਤੁਹਾਡਾ ਝੰਡਾ ਵੀ ਚੜਾਉਣਾ ਏ। ਆਓ ਨਾਥ ਜੀ ਤੁਹਾਡਾ ਮੇਲਾ ਵੀ ਕਰਾਉਣਾ ਏ। ਜੈ ਬਾਬਾ ਕਿਆਲੂ ਜੀ ਮਹਾਰਾਜ। ਬੋਲੀਏ ਸਾਂਚੇ ਦਰਬਾਰ ਕੀ ਜੈ। ਨਮਸਕਾਰ ਦੋਸਤੋ, ਦੋਸਤੋ ਮੈਂ ਹੂੰ ਆਪਕਾ ਆਪਣਾ ਅਭੀ ਜੰਬਾਲ, ਵਾਇਸ ਚੇਅਰਮੈਨ ਆਫ ਦੀਵਾਨ ਗਰੁੱਪ। ਦੋਸਤੋ ਆਪ ਸਭ ਨੇ ਅਭੀ ਅਜੇ ਬਾਈ ਕੋ ਸੁਣਾ ਹੈ, ਤੋ ਅਜੇ ਬਾਈ ਨੇ ਇੱਕ ਬਾਤ ਕਹੀ ਹੈ ਕਿ ਬਾਬਾ ਕਿਆਲੂ ਜੀ ਕੀ ਮਰਜ਼ੀ ਕੇ ਬਿਨਾਂ ਗੰਗਤ ਕਾ ਇੱਕ ਪੱਤਾ ਵੀ ਨਹੀਂ ਹਿਲ ਸਕਦਾ। ਤੋ ਯੇ ਬਾਤ ਸੱਚੀ ਹੈ, ਉਨਕੀ ਮਰਜ਼ੀ ਹੈ ਇਸ ਵਾਰ ਮੇਲਾ ਨਹੀਂ ਹੋ ਰਿਹਾ, ਬਟ ਉਮੀਦ ਹੈ ਕਿ ਅਗਲੇ ਸਾਲ ਇਸ ਮੇਲੇ ਕੋ ਹਮ ਧੂਮ ਧਾਮ ਸੇ ਮਨਾਏਂਗੇ। ਤਬ ਤੱਕ ਆਪਕੋ ਸਿਰਫ ਯੇ ਕਰਨਾ ਹੈ ਕਿ ਆਪ ਬਿਨਾਂ ਕਾਰਨ ਬਿਨਾਂ ਵਜ੍ਹਾ ਘਰ ਸੇ ਬਾਹਰ ਨਾ ਨਿਕਲੇ ਜਬ ਤੱਕ ਇਹ ਬਿਮਾਰੀ ਖਤਮ ਨਹੀਂ ਹੋ ਜਾਂਦੀ, ਔਰ ਆਪਣਾ ਕੰਮ ਜੋ ਵੀ ਕਰਨਾ ਹੈ ਪੂਰਾ ਧਿਆਨ ਰੱਖਣਾ ਹੈ, ਹੱਥ ਅਵਸ਼ਯ ਧੋਣੇ ਹੈ, ਸਭ ਕੁਛ ਪ੍ਰੋਪਰ ਢੰਗ ਸੇ ਕਰਨਾ ਹੈ। ਸੋ ਦੋਸਤੋ ਅਭੀ ਹਮ ਮਿਲੇਂਗੇ ਆਪ ਸਬਸੇ ਅਗਲੇ ਸਾਲ ਇਸੀ ਮੇਲੇ ਮੇ, ਔਰ ਇਸ ਮੇਲੇ ਕੋ ਹਮ ਧੂਮ ਧਾਮ ਸੇ ਮਨਾਏਂਗੇ ਮਿਲਕਰ। ਥੈਂਕ ਯੂ ਸੋ ਮਚ ਦੋਸਤੋ ਜੋ ਆਪਣੇ ਹਮੇ ਪਿਆਰ ਦੀ ਆਜ ਤੱਕ ਯਹਾਂ ਤੱਕ ਹਮਨੇ ਦੀਵਾਨ ਗਰੁੱਪ ਅੱਜ ਖੜਾ ਕੀਆ ਹੈ, ਔਰ ਅਜੇ ਬਾਈ ਨੇ ਵੀ ਆਪਣਾ ਅੱਛਾ ਬ੍ਰੈਂਡ ਐਸਟੈਬਲਿਸ਼ ਕੀਆ ਹੈ। ਤੋ ਇਸ ਬ੍ਰੈਂਡ ਕੋ ਆਪ ਐਸਾ ਹੀ ਪਿਆਰ ਬਣਾਏ ਰੱਖੋ, ਔਰ ਇਤਨਾ ਪਿਆਰ ਦੇਣੇ ਕੇ ਨਾ ਥੈਂਕ ਯੂ ਸੋ ਮਚ ਦੋਸਤੋ। ਐਂਡ ਇਸ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੇਂ, ਜਾਂ ਆਪ ਹਮੇ ਫੇਸਬੁੱਕ ਪੇ ਦੇਖ ਰਹੇ ਹੈ ਤੋ ਹਮੇ ਜ਼ਰੂਰ ਫੋਲੋ ਕਰੇਂ। ਥੈਂਕ ਯੂ ਸੋ ਮਚ।